ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਦੀਪਕ ਭੰਡਾਰੀ ਅਤੇ ਤੁਸੀਂ ਦੇਖ ਰਹੇ ਹੋ ਡੀ ਫੌਜ ਨਿਊਜ਼। ਅੱਜ ਗੱਲਬਾਤ ਕਰਾਂਗੇ ਪੰਜਾਬ ਪੁਲਿਸ ਦੇ ਬਰਖਾਸਤ ਕੀਤੇ ਜਾ ਚੁੱਕੇ AIG ਰਾਜਜੀਤ ਸਿੰਘ ਬਾਰੇ। SDF ਵੱਲੋਂ ਪੰਜਾਬ ਪੁਲਿਸ ਦੇ ਬਰਖਾਸਤ ਕੀਤੇ ਜਾ ਚੁੱਕੇ AIG ਰਾਜਜੀਤ ਸਿੰਘ ਹੁੰਦਲ ਦੀਆਂ 9 ਪ੍ਰੋਪਰਟੀਆਂ ਨੂੰ ਜ਼ਬਤ ਕਰ ਲਿੱਤਾ ਗਿਆ। ਭਾਵੇਂ SDF ਰਾਜਜੀਤ ਸਿੰਘ ਨੂੰ ਗ੍ਰਿਫਤਾਰ ਨਹੀਂ ਕਰ ਸਕੀ, ਪਰ ਹੁਣ ਇੱਕ ਵੱਡੀ ਕਾਰਵਾਈ SDF ਵੱਲੋਂ ਕੀਤੀ ਗਈ ਹੈ। ਸਪੈਸ਼ਲ ਟਾਸਕ ਫੋਰਸ ਯਾਨੀ ਕਿ SDF ਨੇ ਰਾਜਜੀਤ ਸਿੰਘ ਹੁੰਦਲ ਦੀ ਡਰੱਗ ਮਾਮਲੇ ਦੇ ਵਿੱਚ ਗ੍ਰਿਫਤਾਰੀ ਕਰਨ ਵਾਸਤੇ 300 ਤੋਂ ਵੱਧ ਛਾਪਾਮਾਰੀ ਕੀਤੀ ਸੀਗੀ। 300 ਤੋਂ ਵੱਧ ਥਾਵਾਂ 'ਤੇ ਛਾਪਾ ਮਾਰੇ ਗਏ ਸਨ, ਪਰ ਉਸਦਾ ਕੋਈ ਪਤਾ ਨਹੀਂ ਸੀ ਲੱਗਿਆ। ਸਵਾਲ ਇਹ ਵੀ ਉੱਠਦਾ ਹੈ ਕਿ ਰਾਜਜੀਤ ਸਿੰਘ ਨੂੰ ਜ਼ਮੀਨ ਖਾ ਗਈ ਜਾਂ ਫਿਰ ਆਸਮਾਨ ਨਿਕਲ ਗਿਆ। ਉਸਨੂੰ ਪੁਲਿਸ ਫੜਨਾ ਹੀ ਨਹੀਂ ਚਾਹੁੰਦੀ ਸੀ, ਕਿਉਂਕਿ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਬਲਵਿੰਦਰ ਸਿੰਘ ਕੰਗ ਨੇ ਆਖਿਆ ਸੀਗਾ ਕਿ ਰਾਜਜੀਤ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਸਾਰੇ ਰਾਜ ਖੁੱਲ੍ਹ ਜਾਣਗੇ, ਬਹੁਤ ਸਾਰੀਆਂ ਕਾਲੀਆਂ ਭੇਡਾਂ ਦੇ ਨਾਂ ਸਾਹਮਣੇ ਆਉਣਗੇ। ਉਹਨਾਂ ਨੇ ਜਿਨ੍ਹਾਂ ਨੇ ਕਿ ਚਿੱਟੇ ਨਕਾਬ ਪਾਏ ਹੋਏ ਨੇ ਉਹਨਾਂ ਦੇ ਨਾਂ ਵੀ ਸਾਹਮਣੇ ਆ ਜਾਣਗੇ। ਪਰ ਅਫਸੋਸ ਕਿ ਰਾਜਜੀਤ ਸਿੰਘ ਹੁੰਦਲ ਨੂੰ SDF ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾ ਸਕਦੇ। ਤੁਹਾਨੂੰ ਇਹ ਦੱਸ ਦਈਏ ਕਿ ਰਾਜਜੀਤ ਸਿੰਘ 'ਤੇ ਆਰੋਪ ਹੈ ਕਿ ਉਸਨੇ ਲੋਕਲ ਰੈਂਕ ਦੇ ਕੇ ਆਪਣੇ ਇੱਕ ਚਹੇਤੇ ਇੰਦਰਜੀਤ ਸਿੰਘ ਨੂੰ ਇੰਸਪੈਕਟਰ ਬਣਾ ਦਿੱਤਾ, ਜਦਕਿ ਉਹਦਾ ਅਸਲ ਰੈਂਕ ਸੀਗਾ ਹੈੱਡ ਕਾਂਸਟੇਬਲ ਦਾ। ਇੰਦਰਜੀਤ ਦੇ ਨਾਲ ਰਲ ਕੇ ਡਰੱਗ ਸਮਗਲਰਾਂ ਦੀ ਉਸਨੇ ਮਦਦ ਕੀਤੀ। ਇੰਦਰਜੀਤ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ। ਹਾਈਕੋਰਟ ਦੇ ਵਿੱਚ ਇੱਕ ਰਿਪੋਰਟ ਮਾਰਚ 2023 ਦੇ ਵਿੱਚ ਖੋਲ੍ਹੀ ਗਈ ਸੀ। ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਜੀਤ ਸਿੰਘ ਹੁੰਦਲ ਨੂੰ ਬਰਖਾਸਤ ਕਰ ਦਿੱਤਾ ਸੀ ਅਤੇ ਰਾਜਜੀਤ ਬਰਖਾਸਤ ਦੀ ਖਬਰ ਸੁਣਨ ਤੋਂ ਬਾਅਦ ਘਰੋਂ ਫਰਾਰ ਹੋ ਗਿਆ ਸੀ। ਪੁਲਿਸ ਉਸਨੂੰ ਲੱਭ ਨਹੀਂ ਪਾਈ। ਪਿਛਲੇ ਸਾਲ 20 ਅਕਤੂਬਰ 2023 ਨੂੰ ਉਹਦੀ ਇੰਟਰਮ ਬੇਲ ਵੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਇਹ ਕਹਿ ਕੇ ਖਾਰਜ ਕਰ ਦਿੱਤੀ ਜਾਂਦੀ ਹੈ ਕਿ ਨਸ਼ਾ ਪੰਜਾਬ ਦੇ ਵਿੱਚ ਇੱਕ ਵੱਡੀ ਸਮੱਸਿਆ ਬਣਿਆ ਹੋਇਆ, ਇਸ ਕਰਕੇ ਰਾਜਜੀਤ ਸਿੰਘ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਉਸ ਤੋਂ ਬਾਅਦ ਰਾਜਜੀਤ ਸਿੰਘ ਕਿੱਥੇ ਗੁਆਚ ਗਿਆ ਕਿਸੇ ਨੂੰ ਕੁਝ ਪਤਾ ਨਹੀਂ। ਇਹਨਾਂ ਦੋਵਾਂ 'ਤੇ ਯਾਨੀ ਕਿ ਇੰਦਰਜੀਤ ਸਿੰਘ ਅਤੇ ਰਾਜਜੀਤ ਸਿੰਘ 'ਤੇ ਆਰੋਪ ਹਨ ਕਿ ਇਹਨਾਂ ਨੇ ਕਈ ਤਸਕਰਾਂ ਦੇ ਨਾਲ ਮਿਲ ਕੇ ਨਿਰਦੋਸ਼ਾਂ ਨੂੰ ਵੀ ਫਸਾਇਆ, ਤਸਕਰਾਂ ਕੋਲੋਂ ਵੀ ਮੋਟੇ ਪੈਸੇ ਲਏ ਅਤੇ ਉਹਨਾਂ ਨੂੰ ਤਸਕਰੀ ਕਰਨ ਦੀ ਇਜਾਜ਼ਤ ਦਿੱਤੀ ਅਤੇ ਨਿਰਦੋਸ਼ ਲੋਕਾਂ ਨੂੰ ਵੀ ਇਹ ਡਰ ਵਿਖਾ ਕੇ ਉਹਨਾਂ ਕੋਲੋਂ ਪੈਸੇ ਵਸੂਲ ਕੀਤੇ ਕਿ ਤੁਹਾਨੂੰ ਅਸੀਂ ਡਰੱਗ ਮਾਮਲੇ ਦੇ ਵਿੱਚ ਫਸਾ ਦੇਵਾਂਗੇ। ਹੁਣ ADGP SDF ਦੇ ਆਦੇਸ਼ਾਂ 'ਤੇ ਪ੍ਰਾਪਰਟੀ ਸੀਜ਼ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਇਹਦੇ ਨਾਲ ਹੀ ਰਾਜਜੀਤ ਸਿੰਘ ਉਹਦੀ ਘਰਵਾਲੀ ਦੇ 2 ਤੋਂ 3 ਜਿਹੜੇ ਬੈਂਕ ਖਾਤੇ ਨੇ ਉਹ ਵੀ ਫਰੀਜ਼ ਕਰ ਲਏ ਗਏ ਨੇ, ਜਿਨ੍ਹਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ 1 ਕਰੋੜ ਰੁਪਏ ਦੀ ਟ੍ਰਾਂਜੈਕਸ਼ਨ ਕੀਤੀ ਗਈ ਸੀ। SDF ਨੇ ਰਾਜਜੀਤ ਸਿੰਘ ਦੀ ਜਿਹੜੀ ਹੈ 20 ਕਰੋੜ ਦੇ ਕਰੀਬ ਦੀ ਪ੍ਰੋਪਰਟੀ ਨੂੰ ਜ਼ਬਤ ਕੀਤਾ ਹੈ। ਇਹ ਪ੍ਰੋਪਰਟੀਆਂ ਕਿੱਥੇ ਕਿੱਥੇ ਨੇ ਤੁਹਾਨੂੰ ਇਹ ਵੀ ਦੱਸਦੇ ਹਾਂ। ਇਹ ਪ੍ਰੋਪਰਟੀ ਹੈ ਮੋਹਾਲੀ, ਨਿਊ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਰਾਜਜੀਤ ਸਿੰਘ ਦੀ ਪ੍ਰੋਪਰਟੀ ਹੈ। ਹੁਣ SDF ਵੱਲੋਂ ਉੱਥੇ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਇਹ ਸੀਜ਼ ਕੀਤੀ ਗਈ ਪ੍ਰੋਪਰਟੀ ਦਾ ਬਿਊਰਾ ਰੈਵਨਿਊ ਡਿਪਾਰਟਮੈਂਟ ਨੂੰ ਵੀ ਦੇ ਦਿੱਤਾ ਗਿਆ ਤਾਂ ਕਿ ਰਾਜਜੀਤ ਸਿੰਘ ਜਾਂ ਉਹਦੇ ਪਰਿਵਾਰ ਦੇ ਲੋਕ ਇਸ 20 ਕਰੋੜ ਦੀ ਸੰਪੱਤੀ ਨੂੰ ਵੇਚ ਨਾ ਸਕਣ ਅਤੇ ਨਾ ਹੀ ਕਿਸੇ ਦੇ ਨਾਲ ਟ੍ਰਾਂਸਫਰ ਕਰ ਸਕਣ। ਹੁਣ SDF ਨੇ ਇਸ ਮਾਮਲੇ ਦੇ ਵਿੱਚ ਸੈਂਟਰਲ ਦੇ ਫਾਈਨਾਂਸ ਮੰਤਰਾਲੇ ਨੂੰ 20 ਫਰਵਰੀ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਸੀ। ਇਸ ਤੋਂ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ SDF ਨੇ ਰਾਜਜੀਤ ਸਿੰਘ ਦੀ 20 ਕਰੋੜ ਰੁਪਏ ਤੋਂ ਵੱਧ ਦੀ ਜਿਹੜੀ ਪ੍ਰੋਪਰਟੀ ਹੈ ਉਹ ਸੀਜ਼ ਕਰ ਲਈ ਹੈ।
ਅਧਿਕਾਰੀਆਂ ਤੋਂ ਇਹ ਪਤਾ ਲੱਗਿਆ ਕਿ ਰਾਜੀਵ ਸਿੰਘ ਦੇ ਮੋਹਾਲੀ ਦੇ ਮਕਾਨ ਤੋਂ ਇਲਾਵਾ ਹੋਰ ਵੀ ਥਾਂ 'ਤੇ ਬਹੁਤ ਪ੍ਰੋਪਰਟੀ ਹੈ, ਉਹਦੇ ਬਾਹਰ ਬੋਰਡ ਲਾ ਕੇ ਉਹਦੀਆਂ ਫੋਟੋਆਂ ਖਿੱਚ ਲਈਆਂ ਗਈਆਂ। ਹੁਣ ਵਿਜੀਲੈਂਸ ਦੀ ਇਹ ਰਿਪੋਰਟ ਜਿਹੜੀ ਹੈ ਉਹ ਦੱਸਦੀ ਹੈ ਕਿ ਰਾਜੀਵ ਸਿੰਘ ਵਿਦੇਸ਼ ਭੱਜ ਚੁੱਕਿਆ ਹੈ। ਵਿਜੀਲੈਂਸ ਦਾ ਇਹ ਵੀ ਮੰਨਣਾ ਹੈ ਕਿ ਰਾਜੀਵ ਸਿੰਘ ਇਸ ਵੇਲੇ ਕੈਨੇਡਾ ਦੇ ਵਿੱਚ ਹੈ। ਹਾਲਾਂਕਿ ਇਸ ਬਾਰੇ ਖੁੱਲ੍ਹ ਕੇ ਕੋਈ ਵੀ ਅਫਸਰ ਬੋਲਣ ਨੂੰ ਤਿਆਰ ਨਹੀਂ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹਦੇ ਉੱਤੇ ਕੋਈ ਗੱਲ ਨਹੀਂ ਕੀਤੀ ਕਿ ਰਾਜੀਵ ਸਿੰਘ ਨੂੰ ਆਖਿਰਕਾਰ ਕਿਉਂ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਪੰਜਾਬ ਪੁਲਿਸ ਨੇ ਵਿਜੀਲੈਂਸ ਨੇ ਜਿਹੜੀ ਹੈ ਹੁਣ ਇਹ ਇਨਪੁੱਟ ਰਾਜੀਤ ਬਾਰੇ NIA ਕੋਲੋਂ ਵੀ ਮਦਦ ਮੰਗੀ ਹੈ ਅਤੇ ਰਾਜੀਵ ਸਿੰਘ ਦੀ ਪਤਨੀ ਮੁਖਬੀਰ ਕੌਰ ਦੀ ਮੋਹਾਲੀ ਦੀ ਪ੍ਰੋਪਰਟੀ ਜਿਹਦੀ ਕਰੀਬ ਕਰੀਬ 4 ਕਰੋੜ ਕੀਮਤ ਦੱਸੀ ਜਾਂਦੀ ਹੈ ਉਹਨੂੰ ਵੀ ਫਰੀਜ਼ ਕਰ ਲਿਆ। ਤੁਹਾਨੂੰ ਪਹਿਲੇ ਦੱਸਦਾ ਹੈ ਕਿ ਰਾਜੀਵ ਸਿੰਘ ਦੀ ਜ਼ਮਾਨਤ ਜਿਹੜੀ ਹੈ ਉਹ ਖਾਰਜ ਕਰ ਦਿੱਤੀ ਗਈ ਸੀ ਪਰ ਪੁਲਿਸ ਇਸ ਨੂੰ ਗ੍ਰਿਫਤਾਰ ਨਹੀਂ ਕਰ ਪਾਈ। ਹੁਣ AIG ਬਰਖਾਸਤ ਜਿਹੜਾ ਰਾਜੀਵ ਸਿੰਘ ਪੰਜਾਬ ਦੇ ਵਿੱਚ ਦੀਆਂ 9 ਪ੍ਰੋਪਰਟੀਆਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ। ਨਿਊ ਚੰਡੀਗੜ੍ਹ ਦੇ ਮੁੱਲਾਪੁਰ ਦੇ ਪਿੰਡ ਮਾਜਰੀ ਦੇ ਵਿੱਚ 2013 'ਚ ਇਹਨੇ 7 ਕਨਾਲਾਂ 40 ਮਰਲੇ ਦੀ ਜ਼ਮੀਨ ਖਰੀਦੀ ਜਿਹੜੀ ਕਿ 40 ਲੱਖ ਰੁਪਏ ਦੀ ਖਰੀਦੀ ਗਈ ਸੀ। 2013 ਦੇ ਵਿੱਚ ਹੀ ਨਿਊ ਚੰਡੀਗੜ੍ਹ ਈਕੋ ਸਿਟੀ ਦੇ ਵਿੱਚ 500 ਗਜ਼ ਦਾ ਪਲਾਟ ਖਰੀਦਿਆ। 2013 'ਚ ਹੀ ਈਕੋ ਸਿਟੀ 'ਚ ਜਿਹੜਾ ਇਹ ਪਲਾਟ ਖਰੀਦਿਆ ਗਿਆ ਜਿਹਦੀ ਕੀਮਤ 20 ਲੱਖ ਰੁਪਏ ਦੱਸੀ ਜਾਂਦੀ ਹੈ। 2016 ਦੇ ਵਿੱਚ ਮੋਹਾਲੀ ਸੈਕਟਰ 69 ਦੇ ਵਿੱਚ 500 ਗਜ਼ ਦਾ ਪਲਾਟ ਖਰੀਦਿਆ ਗਿਆ ਜਿਹੜਾ ਕਿ 1.5 ਕਰੋੜ ਰੁਪਏ ਦੀ ਕੋਠੀ ਵੀ ਖਰੀਦੀ ਗਈ। ਮੋਹਾਲੀ ਦੇ ਸੈਕਟਰ 82 ਦੇ ਵਿੱਚ 733.33 ਵਰਗ ਗਜ਼ ਦਾ ਪਲਾਟ ਜਿਹੜਾ ਕਿ 55 ਲੱਖ ਰੁਪਏ ਦਾ 2017 ਦੇ ਵਿੱਚ ਖਰੀਦਿਆ ਗਿਆ। ਇਹ ਸਾਰੀਆਂ ਪ੍ਰੋਪਰਟੀਆਂ ਨੂੰ STF ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਹੁਣ ਕਾਨੂੰਨ ਦੇ ਮੁਤਾਬਕ ਇਹਦੀ ਸੇਲ ਪਰਚੇਜ਼ ਨਹੀਂ ਹੋ ਸਕਦੀ। ਜਿਹੜੇ ਰੇਟ ਅਸੀਂ ਤੁਹਾਨੂੰ ਦੱਸੇ ਨੇ 20 ਕਰੋੜ ਰੁਪਏ ਪ੍ਰੋਪਰਟੀ ਦੇ, ਇਹ ਸਰਕਾਰੀ ਰੇਟ ਹੈ ਜਦਕਿ ਮਾਰਕੀਟ ਰੇਟ ਇਹਦਾ ਬਹੁਤ ਜ਼ਿਆਦਾ ਹੈ। ਤੁਹਾਨੂੰ ਪਤਾ ਹੀ ਹੈ ਆਮ ਤੌਰ 'ਤੇ ਜਦੋਂ ਰਜਿਸਟਰੀ ਕਰਾਈ ਜਾਂਦੀ ਹੈ ਉਹਦਾ ਰੇਟ ਘੱਟ ਹੁੰਦਾ ਜਦਕਿ ਅਸਲ ਰੇਟ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਅਤੇ ਸਾਰਾ ਜਿਹੜਾ ਬਲੈਕ ਮਨੀ ਹੈ ਕਾਲਾ ਧਨ ਹੈ ਉਹ ਪੈਸਾ ਇਹਦੇ ਵਿੱਚ ਖਪਾਇਆ ਜਾਂਦਾ। ਹੁਣ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਮਾਮਲਾ ਕਦੋਂ ਸ਼ੁਰੂ ਹੋਇਆ ਸੀ। 2017 ਦੇ ਵਿੱਚ ਰਾਜੀਵ ਸਿੰਘ ਦੇ ਇੰਸਪੈਕਟ ਜਿਹੜਾ ਸਾਥੀ ਰਹਿ ਚੁੱਕਿਆ ਜਿਹਨੂੰ ਕਿ ਪ੍ਰਮੋਸ਼ਨ ਲੋਕਲ ਰੈਂਕ ਦੇ ਕੇ ਪ੍ਰਮੋਟ ਕੀਤਾ ਗਿਆ ਇੰਦਰਜੀਤ ਸਿੰਘ, ਉਹਨੂੰ ਡਰੱਗ ਤਸਕਰੀ ਅਤੇ ਹਥਿਆਰਾਂ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ। ਜਦੋਂ STF ਨੇ ਉਹਦੇ ਘਰ ਦੀ ਤਲਾਸ਼ੀ ਲਈ ਅਤੇ ਉੱਥੋਂ AK-47 4 ਕਿਲੋ ਹੈਰੋਇਨ, 3 ਕਿਲੋ ਸਮੈਕ ਦਾ ਨਸ਼ਾ ਅਤੇ ਹੋਰ ਕਈ ਨਸ਼ੀਲੇ ਇੰਜੈਕਸ਼ਨ ਅਤੇ ਹਥਿਆਰ ਵੀ ਬਰਾਮਦ ਕੀਤੇ ਸਨ। ਰਾਜੀਵ ਸਿੰਘ 'ਤੇ ਆਰੋਪ ਹੈ ਕਿ ਉਹ ਲਗਾਤਾਰ ਇੰਸਪੈਕਟਰ ਇੰਦਰਜੀਤ ਸਿੰਘ ਦੀ ਮਦਦ ਕਰਦਾ ਸੀ ਡਰੱਗ ਰਿਕਵਰੀ ਜਿਹੜੀ ਹੁੰਦੀ ਸੀ ਅਤੇ ਸਬੂਤਾਂ ਨੂੰ ਮਿਟਾਉਣ ਵਾਸਤੇ ਉਹਦੇ ਨਾਲ ਮਿਲਿਆ ਹੋਇਆ ਸੀ ਅਤੇ ਫਿਰ ਦੋਵੇਂ ਰਲ ਕੇ ਇਹ ਸਮੱਗਲਰਾਂ ਕੋਲੋਂ ਵੀ ਪੈਸੇ ਲੈਂਦੇ ਸਨ ਅਤੇ ਨਿਰਦੋਸ਼ ਜਿਹੜੇ ਲੋਕ ਸਨ ਉਹਨਾਂ ਨੂੰ ਧਮਕੀ ਦਿੰਦੇ ਸਨ ਕਿ ਤੁਹਾਨੂੰ ਫਸਾਤਾ ਜਾਏਗਾ, ਉਹਨਾਂ ਕੋਲੋਂ ਵੀ ਇਹ ਪੈਸੇ ਵਸੂਲਦੇ ਸਨ। ਹੁਣ AIG ਰਾਜੀਵ ਸਿੰਘ ਜਿਹੜਾ ਬਰਖਾਸਤ ਹੋ ਚੁੱਕਿਆ, ਇਹਨੇ ਇੰਦਰਜੀਤ ਨੂੰ 2012 ਤੋਂ ਲੈ ਕੇ 2017 ਤੱਕ ਗੁਰਦਾਸਪੁਰ, ਤਰਨ ਤਾਰਨ, ਮੋਗਾ, ਜਲੰਧਰ ਆਪਣੇ ਨਾਲ ਹੀ ਰੱਖਿਆ। ਇਹ ਆਰੋਪ ਹੈ ਰਾਜੀਵ ਸਿੰਘ ਦੇ ਉੱਤੇ ਕਿ ਜਿੱਥੇ ਜਿੱਥੇ ਉਹ ਜਾਂਦਾ ਉੱਥੇ ਉੱਥੇ ਇੰਸਪੈਕਟਰ ਰਾਜੀਵ ਸਿੰਘ ਦੀ ਬਦਲੀ ਕਰਾ ਲੈਂਦਾ, ਯਾਨੀ ਕਿ ਦਾਜ ਵਾਂਗੂ ਉਹਨੂੰ ਨਾਲ ਹੀ ਲੈ ਜਾਂਦਾ। ਹੁਣ ਸਭ ਤੋਂ ਪਹਿਲਾਂ ਰਾਜੀਵ ਸਿੰਘ 2013 ਦੇ ਵਿੱਚ ਇਹ ਵਿਵਾਦਾਂ 'ਚ ਆਇਆ ਸੀ ਜਦੋਂ ਉਹਨੇ ਆਪਣੀ ਬੇਟੀ ਨੂੰ ਮੈਡੀਕਲ ਕਾਲਜ ਦੇ ਵਿੱਚ ਦਾਖਲਾ ਦਿਵਾਉਣ ਵਾਸਤੇ ਆਪਣਾ ਡੈਥ ਸਰਟੀਫਿਕੇਟ ਬਣਾ ਲਿਆ ਸੀ। ਉਹਨੇ ਆਪਣਾ ਡੈਥ ਸਰਟੀਫਿਕੇਟ ਕਿਸ ਤਰ੍ਹਾਂ ਬਣਾਇਆ, ਬਾਅਦ 'ਚੋਂ ਇਹਦੀ ਜਾਂਚ ਵੀ ਨਹੀਂ ਹੋਈ ਸੀ। ਰਾਜੀਵ ਨੇ ਇਹ ਦੱਸਿਆ ਕਿ ਅੱਤਵਾਦੀਆਂ ਨੇ ਮਾਰ ਦਿੱਤਾ ਉਸ ਨੂੰ ਅਤੇ ਡੈਥ ਸਰਟੀਫਿਕੇਟ ਉਹਨੇ ਬਣਵਾ ਲਿਆ।
ਫਿਰ ਮਾਮਲਾ ਖੁੱਲ ਗਿਆ ਅਤੇ ਜਿਸ ਕਾਰਨ ਉਹਦੀ ਬੇਟੀ ਨੂੰ ਸੀਟ ਨਹੀਂ ਮਿਲੀ। ਰਾਜੀਵ ਸਿੰਘ ਨੇ ਇਸ ਮਾਮਲੇ ਦੇ ਵਿੱਚ ਮਾਫ਼ੀ ਮੰਗੀ ਅਤੇ ਆਪਣੀ ਜਾਨ ਚੜ੍ਹਾਈ, ਕਿਉਂਕਿ ਉਸ ਵੇਲੇ ਮੀਡੀਆ ਦੇ ਵਿੱਚ ਇਹ ਮਾਮਲਾ ਬਹੁਤ ਉਛਲਿਆ ਸੀ। ਹੁਣ ਜਦੋਂ ਰਾਜੀਵ ਸਿੰਘ ਦੇ ਸਾਥ ਜਿਹੜੇ ਕਰੀਬੀ ਰਹਿ ਚੁੱਕੇ ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਬਹੁਤ ਸਾਰੇ ਰਾਜ ਖੁੱਲ੍ਹੇ। ਉਸ ਵੇਲੇ ਸਨ ADGP ਹਰਪ੍ਰੀਤ ਸਿੰਘ ਸਿੱਧੂ ਜਿਹੜੇ ਕਿ ਇਹਦੇ ਇੰਚਾਰਜ ਸਨ, ਉਹਨਾਂ ਨੇ ਹੀ ਇਹ ਸਾਰੀ ਕਾਰਵਾਈ ਕੀਤੀ ਸੀ। ਉਹਨਾਂ ਦੇ ਆਦੇਸ਼ਾਂ 'ਤੇ ਹੀ ਕਾਰਵਾਈ ਕੀਤੀ ਗਈ ਸੀ, ਜਿਹਦੇ ਵਿੱਚ ਪੁਲਿਸ ਨੂੰ ਇੱਕ AK-47 ਇਟਾਲੀਅਨ ਪਿਸਤੌਲ, 16 ਲੱਖ ਰੁਪਏ ਦੀ ਬ੍ਰਿਟਿਸ਼ ਕਰੰਸੀ ਅਤੇ ਹੋਰ ਕਰੋੜਾਂ ਰੁਪਏ ਦੀ ਪ੍ਰੋਪਰਟੀ ਹੋਣ ਦਾ ਵੀ ਖੁਲਾਸਾ ਜਿਹੜਾ ਹੋਇਆ ਸੀ। ਬਾਅਦ 'ਚੋਂ ਜਾਂਚ ਹੁੰਦੀ ਹੈ ਅਤੇ ਪਤਾ ਲੱਗਦਾ ਕਿ ਇੰਦਰਜੀਤ ਸਿੰਘ ਪਹਿਲੇ ਡਰੱਗ ਤਸਕਰਾਂ ਨੂੰ ਫੜਦਾ। ਤੁਹਾਨੂੰ ਇਹ ਵੀ ਦੱਸ ਦਈਏ, ਕੋਈ ਵੀ IO ਰੈਂਕ ਤੋਂ ਥੱਲੇ ਬੰਦਾ ਕਿਸੇ ਵੀ ਜਦੋਂ ਕਮਰਸ਼ੀਅਲ ਕੁਆਂਟਿਟੀ ਦੀ ਹੀਰੋਇਨ ਹੁੰਦੀ ਹੈ ਫੜ ਨਹੀਂ ਸਕਦਾ। ਇਹ ਸਾਰੀਆਂ ਗੱਲਾਂ ਦਾ ਪਤਾ ਰਾਜੀਵ ਸਿੰਘ ਨੂੰ ਸੀ ਅਤੇ ਇੰਦਰਜੀਤ ਵੱਲੋਂ ਬਹੁਤ ਸਾਰੇ ਜਿਹੜੇ ਮਾਮਲੇ ਵੀ ਦਰਜ ਕੀਤੇ ਗਏ, ਉਹਨਾਂ ਦੇ ਵਿੱਚ ਆਰੋਪੀ ਇਸ ਕਰਕੇ ਛੁੱਟ ਜਾਂਦੇ ਸਨ ਅਦਾਲਤਾਂ ਦੇ ਵਿੱਚੋਂ ਕਿਉਂਕਿ ਉਹਦਾ ਜਿਹੜਾ ਰੈਂਕ ਸੀ ਉਹ ਤਾਂ ਹੈੱਡ ਕਾਂਸਟੇਬਲ ਦਾ ਸੀਗਾ ਅਤੇ ਇਹ ਮਾਮਲਾ IO ਵੱਲੋਂ ਜਿਹੜਾ ਇਨਵੈਸਟੀਗੇਸ਼ਨ ਆਫਿਸਰ ਹੈ, ਕੋਈ GO ਰੈਂਕ ਗਜ਼ਟਡ ਆਫਿਸਰ ਰੈਂਕ ਦਾ ਅਫਸਰ ਹੀ ਇਹ ਮਾਮਲਾ ਜਿਹੜਾ ਉਹ ਦਰਜ ਕਰ ਸਕਦਾ ਹੈ। ਇਹ ਵੀ ਆਰੋਪ ਲੱਗੇ ਸਨ ਇੰਦਰਜੀਤ ਦੇ ਉੱਤੇ ਕਿ ਇਹਨੇ ਕਈ ਤਸਕਰਾਂ ਨੂੰ ਪਹਿਲੇ ਫੜਿਆ ਅਤੇ ਫਿਰ ਉਹਨਾਂ ਨੂੰ ਡਰਾ ਕੇ ਉਹਨਾਂ ਦੀ ਪ੍ਰੋਪਰਟੀ ਆਪਣੇ ਨਾਂ ਕਰਵਾ ਲਈ ਜਾਂ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਂ ਕਰਵਾ ਲਈ। ਇਹ ਵੀ ਦੱਸਿਆ ਜਾਂਦਾ ਕਿ ਇਹ ਉਹਨਾਂ ਨੂੰ ਡਰਾਉਂਦਾ ਸੀ ਵੀ ਤੁਹਾਨੂੰ ਫਸਾ ਦਿੱਤਾ ਜਾਏਗਾ ਅਤੇ ਇਹ ਕਹਿਤਾ ਜਾਏਗਾ ਵੀ ਤੁਸੀਂ ਜਿੰਨੀ ਵੀ ਪ੍ਰੋਪਰਟੀ ਬਣਾਈਏ ਇਹ ਸਾਰੀ ਡਰੱਗ ਮਨੀ ਦੇ ਨਾਲ ਬਣੀ ਹੈ। ਇਹ ਕਹਿ ਕੇ ਇਹ ਜਿਹੜੇ ਤਸਕਰਾਂ ਦੇ ਰਿਸ਼ਤੇਦਾਰਾਂ ਦੇ ਨਾਂ 'ਤੇ ਹੀ ਇਹ ਪ੍ਰੋਪਰਟੀ ਟ੍ਰਾਂਸਫਰ ਕਰਾਉਂਦਾ ਸੀ ਅਤੇ ਬਾਅਦ ਦੇ ਵਿੱਚ ਇਹ ਪ੍ਰੋਪਰਟੀ ਨੂੰ ਵੇਚਦਾ ਸੀ। ਇਹਦੇ ਵਿੱਚ ਵੀ ਰਾਜੀਵ ਸਿੰਘ ਦਾ ਨਾਂ ਜਿਹੜਾ ਸਾਹਮਣੇ ਆਇਆ ਸੀ। ਹੁਣ PPS ਅਫਸਰ ਜਿਹੜਾ ਰਾਜੀਵ ਸਿੰਘ, ਉਹਨੇ ਇੰਦਰਜੀਤ ਨੂੰ ਕਿੱਦਾਂ CIA ਦਾ ਇੰਚਾਰਜ ਲਾਇਆ ਤਰਨ ਤਾਰਨ ਦੇ ਵਿੱਚ, ਇਹ ਵੀ ਬਹੁਤ ਵੱਡਾ ਸਵਾਲ ਸੀ। ਲੋਕਲ ਰੈਂਕ ਸੀਗਾ ਉਹਦੇ ਕੋਲ, ORP ਅਤੇ ਪੁਲਿਸ ਦੇ ਨਿਯਮਾਂ ਦੇ ਅਨੁਸਾਰ ਕਿਸੇ ਸੀਨੀਅਰ ਨੂੰ ਹੀ CIE ਦੇ ਵਿੱਚ ਇੰਚਾਰਜ ਲਾਇਆ ਜਾਂਦਾ ਹੈ। ਇਹ ਵੀ ਦੱਸਿਆ ਜਾਂਦਾ ਕਿ ਜਦੋਂ ਰਾਜੀਵ ਸਿੰਘ ਨੂੰ ਤਰਨ ਤਾਰਨ ਦੇ ਵਿੱਚ CIA ਦਾ ਇੰਚਾਰਜ ਬਣਾਇਆ ਗਿਆ, ਉਸ ਵੇਲੇ ਉਸ ਤੋਂ ਜਿਹੜੇ ਸੀਨੀਅਰ ਸਨ 19 ਇੰਸਪੈਕਟਰ ਸਨ ਅਤੇ 41 ਸਬ ਇੰਸਪੈਕਟਰ, ਇਹ ਸਾਰੇ ਦੇ ਸਾਰੇ ਰਾਜੀਵ ਸਿੰਘ ਤੋਂ ਸੀਨੀਅਰ ਸਨ। ਪਰ ਰਾਜੀਵ ਸਿੰਘ ਹੁੰਦਲ ਨੇ ਆਪਣੇ ਕਰੀਬੀ ਇੰਦਰਜੀਤ ਸਿੰਘ ਨੂੰ ਆਸ਼ੀਰਵਾਦ ਦਿੱਤਾ ਅਤੇ ਜੂਨੀਅਰ ਹੋਣ ਦੇ ਬਾਵਜੂਦ ਇੰਦਰਜੀਤ ਨੂੰ ਹੀ CIA ਦਾ ਇੰਚਾਰਜ ਬਣਾ ਦਿੱਤਾ ਅਤੇ ਫਿਰ ਕਿਸ ਤਰ੍ਹਾਂ ਆਪਣੇ ਸ਼ਿਕਾਰ ਲੱਭਣੇ ਇਹਨਾਂ ਨੇ ਸ਼ੁਰੂ ਕਰ ਦਿੱਤੇ। ਤਸਕਰਾਂ ਨੂੰ ਸੌਫਟ ਟਾਰਗੇਟ ਬਣਾਉਂਦੇ ਸਨ ਅਤੇ ਕੁਝ ਜਿਹੜੇ ਲੋਕ ਉਹਨਾਂ ਦੇ ਨਾਲ ਵੀ ਹੁੰਦੇ ਸਨ ਜਾਂ ਫਿਰ ਕਈ ਮਾਸੂਮ ਹੁੰਦੇ ਸਨ ਜਿਹਨਾਂ ਦੀ ਉਹਨਾਂ ਨਾਲ ਦੋਸਤੀ ਹੁੰਦੀ ਸੀ ਪਰ ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਤਸਕਰ ਜਿਹੜਾ ਉਹ ਡਰੱਗ ਰੈਕਟ ਦੇ ਨਾਲ ਜੁੜਿਆ ਹੋਇਆ। ਉਹਨਾਂ ਨੂੰ ਵੀ ਫਸਾ ਲਿਆ ਗਿਆ ਅਤੇ ਲੱਖਾਂ ਰੁਪਏ ਉਹਨਾਂ ਕੋਲੋਂ ਬਣਾਏ ਗਏ। ਐਸੇ ਵੀ ਆਰੋਪ ਇਹਨਾਂ ਦੇ ਉੱਤੇ ਲੱਗੇ ਸਨ, ਕਿਸੇ ਦਾ ਨਾਂ ਪਰਚੇ ਪਾ ਦੇਣਾ ਅਤੇ ਕਿਸੇ ਦਾ ਨਾਂ ਪਰਚੇ 'ਚੋਂ ਕੱਢ ਦੇਣਾ ਅਤੇ ਫਿਰ ਪੈਸਾ ਲੈ ਕੇ ਉਹਨਾਂ ਨੂੰ ਜਾਂ ਛੱਡ ਦੇਣਾ ਜਾਂ ਬਚਾ ਦੇਣਾ, ਇਹ ਸਾਰੇ ਕੰਮ ਇਹ ਕਰਦੇ ਸਨ। ਬੇਨਾਮੀ ਪ੍ਰੋਪਰਟੀ ਜਿਹੜੀ ਹੈ ਟ੍ਰਾਂਸਫਰ ਜਿਹੜੀ ਕਰਾਈ ਜਾਂਦੀ ਇਹਨਾਂ ਦੀ ਪ੍ਰੋਪਰਟੀ ਕਿਸੇ ਬੇਨਾਮੀ ਨਾਂ ਦੇ ਉੱਤੇ ਅਤੇ ਬਾਅਦ ਦੇ ਵਿੱਚ ਪੈਸੇ ਜਿਹਨੂੰ ਵੇਚ ਕੇ ਪੈਸਾ ਇਕੱਠਾ ਕਰ ਲਿੱਤਾ ਜਾਂਦਾ ਸੀਗਾ। SIT ਦੀ ਰਿਪੋਰਟ ਸਾਹਮਣੇ ਆਈ ਅਤੇ ਪੰਜਾਬ ਸਰਕਾਰ ਵੱਲੋਂ ਐਕਸ਼ਨ ਲਿਆ ਗਿਆ। ਹੁਣ ਰਾਜੀਵ ਸਿੰਘ ਹੁੰਦਲ ਦੀਆਂ ਜਿਹੜੀਆਂ 9 ਜਾਇਦਾਦਾਂ ਨੂੰ ਫਰੀਜ਼ ਕਰ ਦਿੱਤਾ ਗਿਆ, ਜਿਹੜੀਆਂ ਕਿ ਉਹ ਬਹੁਤ ਸਾਰੀਆਂ ਜਾਇਦਾਦਾਂ ਉਸਨੇ ਆਪਣੀ ਧਰਮ ਪਤਨੀ ਅਤੇ ਆਪਣੀ ਬੇਟੀ ਦੇ ਨਾਂ ਬਣਾਈਆਂ ਹੋਈਆਂ ਨੇ, ਨਾ ਇਹ ਵੇਚ ਸਕਣਗੇ ਅਤੇ ਨਾ ਹੀ ਇਸ ਪ੍ਰੋਪਰਟੀ ਨੂੰ ਕਿਸੇ ਦੇ ਨਾਂ 'ਤੇ ਟ੍ਰਾਂਸਫਰ ਕੀਤਾ ਜਾ ਸਕੇਗਾ। ਉਸਦੇ ਪਰਿਵਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਸੈਂਟਰਲ ਏਜੰਸੀਆਂ ਵੱਲੋਂ ਕਿ 9 ਫਰਵਰੀ ਨੂੰ ਉਹ ਆਪਣੇ ਦਸਤਾਵੇਜ਼ ਲੈ ਕੇ ਦਿੱਲੀ ਹਾਜ਼ਰ ਹੋਣ। ਰਾਜੀਵ ਸਿੰਘ ਤਾਂ ਉੱਥੇ ਨਹੀਂ ਪਹੁੰਚਿਆ,
ਪਰ ਜਿਹੜਾ ਜਵਾਬ ਉਸਦੇ ਪਰਿਵਾਰ ਵੱਲੋਂ ਨੂੰ ਉੱਥੇ ਦਿੱਤਾ ਗਿਆ, ਕਮੇਟੀ ਉਸ ਤੋਂ ਸੰਤੁਸ਼ਟ ਨਹੀਂ ਹੋਈ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਉਸਦੀ ਪ੍ਰੋਪਰਟੀ ਨੂੰ ਫਰੀਜ਼ ਕਰ ਦਿੱਤਾ ਜਾਏ। ਅਤੇ ਇਸ ਫੈਸਲੇ ਨੂੰ ਇਸ ਕਰਕੇ ਅਹਿਮ ਮੰਨਿਆ ਜਾਂਦਾ ਕਿਉਂਕਿ ਨਸ਼ਾ ਪੰਜਾਬ ਦੇ ਵਿੱਚ ਵੱਡੀ ਸਮੱਸਿਆ ਹਮੇਸ਼ਾ ਰਿਹਾ। ਤਿੰਨ ਮੁੱਖ ਮੰਤਰੀ ਬਦਲ ਗਏ, ਪਹਿਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ, ਫਿਰ ਕੈਪਟਨ ਅਮਰਿੰਦਰ ਸਿੰਘ ਰਹੇ, ਨਸ਼ਾ ਉਵੇਂ ਚੱਲਦਾ ਰਿਹਾ, ਹਾਲਾਂਕਿ ਉਹਨਾਂ ਨੇ ਗੁਟਕਾ ਸਾਹਿਬ ਹੱਥ ਦੇ ਵਿੱਚ ਲੈ ਕੇ ਸਹੁੰ ਵੀ ਖਾਧੀ ਸੀ। ਫਿਰ ਕੁਛ ਦਿਨਾਂ ਵਾਸਤੇ ਮੰਤਰੀ ਮੁੱਖ ਮੰਤਰੀ ਬਣਦੇ ਨੇ ਚਰਨਜੀਤ ਸਿੰਘ ਚੰਨੀ, ਨਸ਼ਾ ਖਤਮ ਨਹੀਂ ਹੋਇਆ। 2 ਸਾਲ ਹੋ ਚੱਲੇ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਹੋਇਆ। ਪਿਛਲੇ ਸਾਲ 15 ਅਗਸਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ 1 ਸਾਲ ਦੇ ਵਿੱਚ ਮੈਂ ਚਿੱਟੇ ਦਾ ਨਾਮੋ ਨਿਸ਼ਾਨ ਪੰਜਾਬ 'ਚੋਂ ਖਤਮ ਕਰ ਦਿਆਂਗਾ। ਹੁਣ ਦੇਖੋ ਮਾਰਚ ਹੋ ਗਈ ਹੈ, 4 ਮਾਰਚ ਅੱਜ ਹੋ ਗਈ ਹੈ, ਅਤੇ 15 ਅਗਸਤ ਨੂੰ ਆਉਣ ਦੇ ਵਿੱਚ ਵੀ ਕੋਈ 6 ਮਹੀਨੇ ਬਚੇ ਨੇ, ਅਤੇ ਕੀ ਉਦੋਂ ਤੱਕ ਵਾਕਈ ਨਸ਼ਾ ਖਤਮ ਹੋ ਜਾਏਗਾ? ਇਹ ਸਭ ਤੋਂ ਵੱਡਾ ਸਵਾਲ ਹੈ। ਇਹੋ ਜਿਹੇ ਰਾਜੀਵ ਸਿੰਘ ਵਰਗੇ ਬਹੁਤ ਸਾਰੇ ਕੀ ਹੋਰ ਵੀ ਲੋਕ ਪੰਜਾਬ ਪੁਲਿਸ ਦੇ ਵਿੱਚ ਮੌਜੂਦ ਨੇ? ਸਵਾਲ ਇਹ ਵੀ ਸਭ ਤੋਂ ਵੱਡਾ ਆਉਂਦਾ ਕਿ ਸਿਰਫ ਡਰੱਗ ਰੈਕਟ ਦੇ ਵਿੱਚ ਇਕੱਲਾ ਰਾਜੀਵ ਸਿੰਘ ਅਤੇ ਇੰਦਰਜੀਤ ਹੀ ਸ਼ਾਮਿਲ ਸੀਗਾ, ਅਤੇ ਜੇ ਸਿਰਫ ਇਹੋ ਹੀ ਦੋਵੇਂ ਪੰਜਾਬ ਦੇ ਵਿੱਚ ਨਸ਼ਾ ਵਿਕਾਉਂਦੇ ਸਨ, ਤਾਂ ਫਿਰ ਹੁਣ ਨਸ਼ਾ ਪੰਜਾਬ ਦੇ ਵਿੱਚ ਆਖਿਰਕਾਰ ਕੌਣ ਵੇਚ ਰਿਹਾ? ਹਰ ਦਿਨ ਕਈ ਕਿਲੋ ਹੀਰੋਇਨ ਫੜੀ ਜਾਂਦੀ ਹੈ। ਅੱਜ ਵੀ ਪੰਜਾਬ ਪੁਲਿਸ ਅੰਮ੍ਰਿਤਸਰ ਨੇ 2 ਕਿਲੋ ਹੀਰੋਇਨ ਦੇ ਨਾਲ 1 ਬੰਦੇ ਨੂੰ ਗ੍ਰਿਫਤਾਰ ਕੀਤਾ। ਕੁਝ ਦਿਨ ਪਹਿਲਾਂ ਹੀ 5 ਕਿਲੋ ਹੀਰੋਇਨ ਵੀ ਫੜੀ ਗਈ ਸੀ। ਹੁਣ ਹਰਪ੍ਰੀਤ ਸਿੰਘ ਜਦੋਂ STF ਦੇ ਮੁਖੀ ਸਨ, STF ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ, ਉਹਨਾਂ ਵੱਲੋਂ ਜਦੋਂ ਮਾਮਲਾ ਦਰਜ ਕੀਤਾ ਗਿਆ ਅਤੇ ਰਾਜਜੀਤ ਨੂੰ ਜਦੋਂ ਲੱਗਿਆ ਕਿ ਉਹ ਫਸਲਣ ਲੱਗਾ, ਜਦੋਂ ਇਹ ਮਾਮਲਾ ਇੰਦਰਜੀਤ 'ਤੇ ਦਰਜ ਹੋਇਆ ਅਤੇ ਉਸਦੇ ਘਰੋਂ ਬਹੁਤ ਸਾਰੇ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਕਿ ਨਸ਼ੀਲੇ ਪਦਾਰਥ, AK-47, 16 ਲੱਖ ਰੁਪਏ ਦੀ ਜਿਹੜੀ ਪੈਸਾ, ਅਤੇ ਰਾਜਜੀਤ ਨੇ ਆਪਣਾ ਫਿਰ ਪੁਲਸੀਆ ਦਿਮਾਗ ਵਰਤਿਆ ਅਤੇ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਕਿ ਹਰਪ੍ਰੀਤ ਸਿੰਘ ਸਿੱਧੂ ਮੇਰੇ ਨਾਲ ਖਾਰਬਾਜ਼ੀ ਖਾਂਦਾ, ਮੈਨੂੰ ਇਸ ਕੋਲੋਂ ਬਚਾਇਆ ਜਾਏ। ਅਤੇ ਹਾਈਕੋਰਟ ਨੇ 3 ਮੈਂਬਰਾਂ ਦੀ ਕਮੇਟੀ ਬਣਾ ਦਿੱਤੀ, ਜਿਹਦੇ ਵਿੱਚ ਸਾਬਕਾ DGP ਸਿਧਾਰਥ ਚੱਟੋਪਾਧਿਆ ਇੱਕ ਹੋਰ ਅਫਸਰ ਸਨ, ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਾਮ ਵੀ ਸ਼ਾਮਿਲ ਸੀ, ਜਿਹਦੇ ਕਿ ਹੁਣ MLA ਬਣ ਚੁੱਕੇ ਨੇ। 1 ਕਰੋੜ ਰੁਪਏ ਦੀ ਡਰੱਗ ਜਿਹੜੀ ਹੈ ਉਹ ਵਿਕਾਈ ਗਈ, ਵੇਚੀ ਗਈ, ਪੈਸੇ ਬਣਾਏ ਗਏ। ਆਖਿਰਕਾਰ ਇਹਨਾਂ ਦੇ ਰਾਜਨੀਤਿਕ ਆਕਾ ਕੌਣ ਸੀ ਹਜੇ ਤੱਕ ਪਤਾ ਨਹੀਂ ਲੱਗ ਸਕਿਆ। ਹੁਣ ਵੱਡੀ ਜਿਹੜੀ ਹੈ ਕਾਰਵਾਈ STF ਵੱਲੋਂ ਕੀਤੀ ਗਈ ਹੈ, ਅਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਖੁਲਾਸੇ STF ਵੱਲੋਂ ਕੀਤੇ ਜਾਣ। ਹੁਣ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਇੰਦਰਜੀਤ ਸਿੰਘ ਜਦੋਂ ਹੀਰੋਇਨ ਦੀ ਖੇਪ ਫੜਦਾ ਅਤੇ ਜਦੋਂ ਤਸਕਰਾਂ ਨੂੰ ਫੜਦਾ, ਫਿਰ ਉਹਨਾਂ ਨੂੰ ਕਿੱਦਾਂ ਛਡਾਉਂਦਾ, ਛੱਡ ਦਿੰਦਾ, ਇਹ ਕਹਿ ਕੇ ਕਿ ਤੇਰੇ ਦੂਜੇ ਘਰ ਦੇ ਜਿਹੜੇ ਮੈਂਬਰ ਹੈ ਉਹਨਾਂ ਨੂੰ ਵੀ ਫਸਾਤਾ ਜਾਏਗਾ, ਨਹੀਂ ਤਾਂ ਆਪਣੀ ਜਾਇਦਾਦ ਮੇਰੇ ਨਾਂ ਕਰ ਦਿੰਦੇ। ਹੁਣ STF ਨੇ ਬਹੁਤ ਸਾਰੇ ਹੋਰ ਵੀ ਜਿਹੜੇ ਤੱਥ ਖੰਗਾਲੇ, ਆਖਿਰਕਾਰ ਕਿਸ ਤਰ੍ਹਾਂ ਸੈਟਲਮੈਂਟ ਹੁੰਦੀ ਸੀ, ਵਿੱਚ ਵਿਚੋਲੀਆ ਕੋ ਕੰਮ ਕਰਦਾ ਸੀ। ਸਵਾਲ ਇਹ ਵੀ ਸਭ ਤੋਂ ਵੱਡਾ ਆਉਂਦਾ ਕਿ ਰਾਜਜੀਤ ਸਿੰਘ ਅਤੇ ਇੰਦਰਜੀਤ ਸਿੰਘ ਐਡਾ ਵੱਡਾ ਨੈੱਟਵਰਕ ਪੰਜਾਬ ਦੇ ਵਿੱਚ ਚਲਾਉਂਦੇ ਰਹੇ, ਪਰ ਕਿਸੇ ਵੀ ਵੱਡੇ ਅਫਸਰ ਨੂੰ ਜਾਂ ਫਿਰ ਕਿਸੇ ਵੀ ਪੋਲੀਟੀਕਲ ਲੀਡਰ ਨੂੰ ਇਹਦੀ ਖਬਰ ਕਿਉਂ ਨਹੀਂ ਹੋ ਸਕੀ? ਸਭ ਤੋਂ ਇਹ ਵੱਡਾ ਸਵਾਲ ਹੈ ਕਿ ਕੁਛ ਪੋਲੀਟੀਕਲ ਜਿਹੜੇ ਬੰਦੇ ਨੇ ਉਹਨਾਂ ਨੇ ਵੀ ਰਾਜਜੀਤ ਅਤੇ ਇੰਦਰਜੀਤ ਦੇ ਉੱਤੇ ਆਪਣਾ ਹੱਥ ਰੱਖਿਆ ਹੋਇਆ ਸੀ? ਇਹ ਬਹੁਤ ਵੱਡਾ ਸਵਾਲ ਹੈ, ਪਰ ਉਹ ਕੁੱਲ ਮਿਲਾ ਕੇ ਹੁਣ ਇਹ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਿਵੇਂ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਕੀਤੀ ਸੀ, ਇਸ ਨੂੰ ਇੱਕ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ, ਕਿਉਂਕਿ ਰਾਜਜੀਤ ਸਿੰਘ ਜਿਵੇਂ ਕਿ ਮਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਵਕਤਾ ਨੇ, ਮੁੱਖ ਬੁਲਾਰੇ ਨੇ ਪੰਜਾਬ ਦੇ, ਉਹਨਾਂ ਆਖਿਆ ਸੀ ਕਿ ਜੇ ਰਾਜਜੀਤ ਸਿੰਘ ਗ੍ਰਿਫਤਾਰ ਹੁੰਦਾ ਤਾਂ ਬਹੁਤ ਸਾਰੇ ਰਾਜ ਜਿਹੜੇ ਉਹਦੇ ਸੀਨੇ ਦੇ ਵਿੱਚ ਦਫਨ ਨੇ ਉਹ ਖੁੱਲ੍ਹ ਜਾਣਗੇ।
ਸਾਨੂੰ ਤਾਂ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ।